ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗਨ ਤੇ ਹਾਜ਼ਰੀ ਨਾਲ ਲੈ ਕੇ ਪ੍ਰੋਗਰਾਮ ਸਵੇਰਾ ਫਿਲਮੀ ਤੜਕਾ ਜਿਸ ਦੇ ਵਿੱਚ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਪੰਜਾਬੀ ਫਿਲਮ ਸ਼ਾਇਰ ਦਾ ਰਿਵਿਊ ਤੇ ਦੱਸਾਂਗੇ ਕਿ ਇਹ ਫਿਲਮ ਕਿਹੋ ਜਿਹੀ ਹੈ ਤੇ ਤੁਹਾਨੂੰ ਇਹ ਫਿਲਮ ਦੇਖਣ ਜਾਣਾ ਚਾਹੀਦਾ ਹੈ ਜਾਂ ਨਹੀਂ ਇਸ ਫਿਲਮ ਦੀ ਮੇਨ ਲੀਡ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਫਿਲਮ ਡਾਇਰੈਕਟ ਕੀਤੀ ਗਈ ਹੈ ਉਦੇ ਪ੍ਰਤਾਪ ਸਿੰਘ ਦੇ ਵੱਲੋਂ ਤੇ ਪ੍ਰੋਡਿਊਸ ਕੀਤੀ ਗਈ ਹੈ ਸੰਤੋਸ਼ ਸੁਭਾਸ ਥੀਟੇ ਦੇ ਵੱਲੋਂ ਤੇ ਹੁਣ ਗੱਲ ਕਰਦੇ ਹਾਂ ਐਕਟਿੰਗ ਦੀ ਸਤਿੰਦਰ ਸਰਤਾਜ ਜੋ ਇਸ ਫਿਲਮ 'ਚ ਸੱਤੇ ਦਾ ਕਿਰਦਾਰ ਨਿਭਾ ਰਹੇ ਨੇ ਤੇ ਨੀਰੂ ਬਾਜਵਾ ਹੀਰੋ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਸਤਿੰਦਰ ਸਰਤਾਜ ਨੂੰ ਤੁਸੀਂ ਹਮੇਸ਼ਾ ਸੰਜਦਾ ਐਕਟਰ ਦੇ ਤੌਰ ਤੇ ਦੇਖਿਆ ਹੈ ਪਰ ਸ਼ਾਇਰ ਫਿਲਮ ਦੇ ਵਿੱਚ ਤੁਸੀਂ ਸਤਿੰਦਰ ਸਰਤਾਜ ਨੂੰ ਕਾਮੇਡੀ ਕਰਦੇ ਅਤੇ ਸ਼ਰਾਰਤਾਂ ਕਰਦੇ ਵੀ ਵੇਖੋਗੇ ਇਸ ਫਿਲਮ ਦੇ ਵਿੱਚ ਸਤਿੰਦਰ ਸਰਤਾਜ ਦੀ ਕਾਮੇਡੀ ਟਾਈਮਿੰਗ ਵੀ ਬਾਕਮਾਲ ਹੈ ਤੇ ਹੁਣ ਗੱਲ ਕਰਦੇ ਹਾਂ ਨੀਰੂ ਬਾਜਵਾ ਦੀ ਹੁਣ ਤੱਕ ਨੀਰੂ ਬਾਜਵਾ ਨੂੰ ਤੁਸੀਂ ਕਈ ਕਿਰਦਾਰਾਂ ਦੇ ਵਿੱਚ ਦੇਖਿਆ ਹੋਵੇਗਾ ਪਰ ਸ਼ਾਇਰ ਫਿਲਮ ਵਿੱਚ ਉਹਨਾਂ ਦਾ ਸ਼ਾਇਰਾਨਾ ਅੰਦਾਜ਼ ਤੁਹਾਡਾ ਦਿਲ ਜਿੱਤ ਲਵੇਗਾ ਜੇ ਫਿਲਮ ਦੇ ਬਾਕੀ ਕਿਰਦਾਰਾਂ ਦੀ ਗੱਲ ਕਰੀਏ ਤਾਂ ਬੰਟੀ ਬੈਂਸ ਤੇ ਦੇਬੀ ਮਖਸੂਸ ਪੂਰੀ ਪਹਿਲੀ ਵਾਰ ਵੱਡੇ ਪਰਦੇ ਤੇ ਦੇਖਣ ਨੂੰ ਮਿਲਣਗੇ ਤੇ ਦੋਵਾਂ ਨੇ ਆਪਣਾ ਕਿਰਦਾਰ ਬਾਖੂਬੀ ਨਾਲ ਨਿਭਾਇਆ ਹੈ ਯੋਗਰਾਜ ਸਿੰਘ ਦਾਦੇ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਜੋ ਇੱਕ ਕਵਿਸ਼ਰ ਹੈ ਫਿਲਮ ਦੀ ਬਾਕੀ ਸਟਾਰ ਕਾਸਟ ਵਿੱਚ ਮਲਕੀਤ ਰੋਣੀ ਰੁਪਿੰਦਰ ਰੂਪੀ ਤੇ ਸੁੱਖੀ ਚਾਹਲ ਵਰਗੇ ਦਿੱਗਜ ਕਲਾਕਾਰ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਫਿਲਮ ਦੀ ਜੇ ਸਟੋਰੀ ਦੀ ਗੱਲ ਕਰੀਏ ਤਾਂ ਸੱਤਾ ਯਾਨੀ ਕਿ ਸਤਿੰਦਰ ਸਰਤਾਜ ਜਿਸ ਨੂੰ ਸ਼ਾਇਰੀ ਤੇ ਗਾਉਣਾ ਨਹੀਂ ਆਉਂਦਾ ਪਰ ਉਹ ਸੀਰੋ ਦੇ ਪਿਆਰ ਦੇ ਵਿੱਚ ਇੰਨਾ ਖੋ ਜਾਂਦਾ ਹੈ ਕਿ ਫਿਰ ਉਹ ਕਿਵੇਂ ਸ਼ਾਇਰ ਬਣਦਾ ਹੈ ਇਹ ਦੇਖਣ ਲਈ ਤੁਹਾਨੂੰ ਜਾਣਾ ਪਵੇਗਾ ਸਿਨੇਮਾ ਘਰਾਂ ਦੇ ਵਿੱਚ ਫਿਲਮ ਦੇ ਵਿੱਚ ਸਾਰੇ ਇਮੋਸ਼ਨਸ ਨੇ ਜੋ ਇੱਕ ਫਿਲਮ ਦੇ ਵਿੱਚ ਹੋਣੇ ਚਾਹੀਦੇ ਨੇ ਫਿਲਮ ਦੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਮਿਊਜ਼ਿਕ ਬਹੁਤ ਵਧੀਆ ਹੈ ਫਿਲਮ ਦੇ ਗਾਣੇ ਲੋਕਾਂ ਨੂੰ ਬੇਹੱਦ ਪਸੰਦ ਆ ਰਹੇ ਨੇ ਪੂਰੀ ਫੈਮਲੀ ਦੇ ਨਾਲ ਤੁਸੀਂ ਇਹ ਫਿਲਮ ਦੇਖਣ ਜਾ ਸਕਦੇ ਹੋ ਤੇ ਦੈਨਿਕ ਸਵੇਰਾ ਦੇ ਵੱਲੋਂ ਇਸ ਫਿਲਮ ਨੂੰ ਦਿੱਤੇ ਜਾ ਰਹੇ ਨੇ 5 ਵਿੱਚੋਂ 4 ਸਟਾਰ ਅਗਲੀ ਵਾਰ ਇੱਕ ਨਵੇਂ ਫਿਲਮ ਦੇ ਰਿਵਿਊ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ